Tony. ਰਾਹ ਦੇ ਖੋਪਣ ਲਈ ਬਹਾਰ ਇਹ ਦੇਖੋ ਲੋਕਾਂ ਨੇ ਤਾੜੀਆਂ ਮਾਰੀ ਤੇ ਭਾਈ ਰੁੱਪੇ ਵਾਲਾ ਪੂਰਾ ਖੁਸ਼ ਹੈ ਪਰ ਸ਼ੋਸ਼ਣ ਵਾਲਾ ਕਹਿੰਦਾ ਔਰ ਤੂੰ ਬਾਗਲੀ ਬਾਹਰ ਸਿੱਟਾ ਮਾਸੀ ਦਾ ਪੁੱਤਾ ਦਿਨੇ ਮਲ ਕੇ ਵੱਜ ਰਿਹਾ ਲਓ ਗੱਲ ਕਸੂਤੀ ਹੈ ਤੇ 10 ਰਨ ਰਹਿ ਗਏ ਕਹਿੰਦੇ ਗੇਂਦਾ ਪੰਜ ਮੇਰੇ ਮਿੱਤਰੋ ਲਓ ਭਾਈ ਰੁੱਪੇ ਵਾਲਾ ਫੇਰ ਬਾਲ ਮਾਰ ਰਿਹਾ ਤੇ ਸਾਹਮਣੇ ਵੇਖੋ ਸ਼ੋਸ਼ਣ ਵਾਲਾ ਲੱਗਿਆ ਪਿਆ ਜ਼ੋਰ ਮੇਰੇ ਮਿੱਤਰੋ ਜੇ ਡਿੰਪਲ ਰਨ ਰੋਕਦਾ ਰਮਾਣੇ ਅਜੀਤ ਸਿੰਘ ਦੇ ਇੱਕ ਕੱਪ ਦੇ ਵੱਡਾ ਸਨਮਾਨ ਹੋਵੇਗਾ ਚਾਰ ਗੇਂਦਾਂ ਹੁਣ ਰਨ ਮੇਰੇ ਮਿੱਤਰੋ ਜਿਹੜੇ ਕਹਿੰਦੇ ਨੌ ਬਾਕੀ ਹੈ ਲਓ ਵੇਖੋ ਬੱਲੇ 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 ਹੋ ਗਈ ਰਨ ਇੱਕ ਦੇ ਦੂਜੇ ਦੀ 28 ਲਾ 2 ਰਨ ਦੇ 7 ਰਨ ਕਹਿੰਦੇ ਐਨ ਹੁਣ ਵੇਖੋ ਤੰਦੂਰ ਚ ਬਿਗਾੜ ਰਿਹਾ ਲੋਕੋ ਹੋ ਤਾੜੀ ਮਾਰ ਜਿਹੜੀ ਉਹਨੂੰ ਸਵਾਦ ਆ ਗਿਆ ਤੰਦੂਰ ਦੇ ਕੇ ਤਾੜੀ ਮਾਰ ਜ਼ੋਰ ਨਾਲ ਇੱਕ ਅੱਧਾ ਹੀ ਮੈਚ ਸਵਾਦ ਹੁੰਦਾ ਇੱਕ ਅੱਧਾ ਮੈਚ ਹੀ ਗੱਲ ਟਿਕਾਣੇ ਲਾ ਦਿੰਦਾ ਹੁਣ ਡਿਪਲ ਦੇ ਵੀ ਭਾਰੀ ਬਣੀ ਪਈ ਹੈ ਵੀ 7 ਰਨ ਪਰ ਸਾਹਮਣੇ ਉਹ ਆ ਗਿਆ ਜਿਹਦੇ ਕਮਾਲਪੁਰੇ ਦੀ ਧਰਤੀ ਦੇ ਮੇਰੇ ਮਿੱਤਰੋ 11 ਬਾਦਸ਼ਾਹ ਨੇ ਹੱਥ ਪਵਾਏ ਹੈ ਇਹ ਆ ਬੱਬੀ ਲੋਕੋ ਸ਼ੋਸ਼ਣ ਦੀ ਧਰਤੀ ਦਾ ਲਓ ਵੇਖੋ ਬੜਾ ਭੈੜਾ ਸ਼ਾਰ ਤੇ ਖੇਡ ਰਨ ਦੇ ਇੱਕ ਜੁੜ ਗਿਆ ਲਓ ਹੁਣ ਦੱਸੋ ਫਿਰ ਬੱਲੇ ਬੱਲੇ ਸਵਾਲ ਹੈਗਾ ਤਾੜੀ ਮਾਰੋ ਕਰੀ ਭਾਈ ਰੂਪਾ ਤੇ ਸ਼ੋਸ਼ਣ ਉਧਰ ਵੇਖੋ ਵੀ ਕਾਲੋ ਪਾਣੀ ਮੋਰ ਨੂੰ ਖੱਤ ਕਿਸ਼ਰੇ ਪਾਇਆ ਤੇ ਬਦਲਾ ਲੈ ਲਈ ਜੋੜਿਆਂ ਦੇ ਮਾਵਾ ਜਾਇਆ ਜਿਵੇਂ ਸਿਆਣੇ ਕਹਿੰਦੇ ਆ ਵੀ ਨਮਕ ਤੇ ਲੂਣ ਚ ਕੋਈ ਫਰਕ ਨਹੀਂ ਚਮਚ ਦੇ ਸਕੂਨ ਚ ਕੋਈ ਫਰਕ ਨਹੀਂ ਫਰਕ ਹੈ ਸੂਟ ਤੇ ਸਾੜੀ ਚ ਕਈ ਤੇ ਕੁਹਾੜੀ ਚ ਫਰਕ ਹੈ ਚੰਗੀ ਤੇ ਮਾੜੀ ਚ ਫਰਕ ਹੈ ਪਰ ਟੀਮਾਂ ਦੋਵੇਂ ਕਹਿੰਦੇ ਟਿਕਾਣੇ ਦੀ ਹੈ ਇੱਕ ਬਾਅਦ 6 ਰਨ ਰਹਿ ਗਿਆ ਇੱਕ ਬਾਅਦ 6 ਰਨ ਇੱਕ ਛੱਕਾ ਵੱਜ ਗਿਆ ਤੇ ਕਹਿੰਦੇ ਮੇਰੇ ਮਿੱਤਰੋ ਗੱਲ ਟਿਕਾਣੇ ਲੱਗ ਜਾਣੀ ਤੇ 5 ਰਨ ਕਹਿੰਦੇ ਮੈਚ ਟਾਈ ਲਈ ਚਾਹੀਦੇ ਆ ਇੱਕ ਛੱਕੇ ਦੀ ਲੋੜ ਹੈ ਹੋ ਫਿਰ ਬੱਬੀ ਆ ਗਿਆ ਸਾਹਮਣੇ ਜਿਹਨੇ ਸਾਰੀ ਗਾਣੀ ਟਿਕਾਣੇ ਲਾਉਣੀ ਆ ਇਹ ਗੱਲ ਪੱਕੀ ਆ 100% ਦੋਵੇਂ ਟੀਮਾਂ ਟਿਕਾਣੇ ਨੀ ਇਸੇ ਵਾਰ ਦੇ ਵਿੱਚੋਂ ਕਹਿੰਦੇ ਦੋਵੇਂ ਟੀਮਾਂ ਦੇ ਵੱਖੋ ਵੱਖ ਰਾਹ ਹੋਏ ਜਿਵੇਂ 2012 ਦੇ ਹੀਰੋ ਤੇ ਹਾਂਡੇ ਦੀ ਜਰਸੀ ਵੱਖ ਵੱਖ ਹੋਈ ਹੈ ਲਾਈਕ ਨਾ ਭੇਜੋ ਬਈ ਦੋ ਤੇ ਕਿੰਨੇ ਰਹਿ ਗਏ ਇੱਕ ਤੇ 6 ਇੱਕ ਚ 6 ਰਹਿ ਗਏ ਬਾਈ ਜੇ ਛਿੱਕਾ ਮਾਰ ਗਏ ਫਿਰ ਤਾਂ ਜਿੱਤ ਗਏ ਓ ਲੈ ਓਏ ਲਓ ਸਾਰਾ 600 ਇਕੱਠਾ ਕਰ ਦਿੱਤਾ ਕੀ ਮੈਂ ਪਹਿਲਾਂ ਦੱਸਿਆ ਆਹ ਬੰਦੇ ਨੇ ਹੱਥ ਪਾਏ 11 ਵਾਸ਼ਿੰਗ ਮਸ਼ੀਨਾਂ ਨੂੰ ਜੇ ਕਿਤੇ ਤੂੰ ਲੱਗਦਾ ਇਹ ਰਾਹ ਜਾਂਦਾ ਨੇ 600 ਦੀ ਟੀਮ ਨੂੰ ਕਮਾਲ ਦੀ ਆਵਾਜ਼ ਆ ਜਿਹੜੀ ਰੁੱਖੀ ਹੋ ਰਹੀ ਸੀ ਲਓ ਸਾਹਮਣੇ ਕਹਿੰਦੇ ਕਮਾਲ ਮੇਰੇ ਮਿੱਤਰ ਲੱਗਿਆ ਹੋਇਆ ਜੋਰ ਹੁਣ ਕਹਿੰਦੇ ਮੇਰੇ ਮਿੱਤਰੋ ਕਰੰਟ ਕਹਿੰਦੇ ਵਜਿਆ ਇੱਕ ਵਾਰੀ ਦੋਵੇਂ ਟੀਮਾਂ ਦੀ ਜਦੋਂ ਤਾੜੀ ਮਾਰ ਲਓ ਜਿਹੜੇ ਕਹਿੰਦੇ ਸਵਾਲ ਆਇਆ ਲਓ ਮੇਰੇ ਮਿੱਤਰੋ ਕਹਿੰਦੇ ਗੱਲ ਟਿਕਾਣੇ ਲੱਗੀ ਹੈ ਬਾਕੀ ਸਹੀ ਗੱਲ ਮੈਂ ਪਹਿਲਾਂ ਦੱਸਿਆ ਦੋਵੇਂ ਟੀਮਾਂ ਦੀ 11 ਦੇ 11 ਪੂਰੇ ਦੀ ਪਤਾ ਨੀ ਕੀ ਕਰ ਦੇਣਗੇ ਪਤਾ ਸੀਗਾ ਮੈਂ ਚਿੱਕਾ ਲਾਉਂਗਾ